ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿੰਦੇ ਹੋ ਜਿਹੜੇ ਬੰਦੇ ਘਰਾਂ ਚੋਂ ਬਾਹਰ ਗਏ ਆ ਘਰੋਂ بے ਘਰ ਹੋਏ ਆ ਇਹਨਾਂ ਦਾ ਕਾਰਨ ਕੀ ਸੀਗਾ ਸਰਕਾਰਾਂ ਨੂੰ ਇਹਦੇ ਬਾਰੇ ਗੌਰ ਨਾਲ ਵੇਖਣਾ ਤਾਂ ਚਾਹੀਦਾ ਹੈ ਮੈਨੂੰ ਦੱਸੋ ਇਹਨਾਂ ਨੇ ਕਦੇ ਕੋਈ ਫਿਰੋਜ਼ਪੁਰ ਚ ਖੜਲ ਦੇ ਕੋ ਨਿੱਜੀ ਪਰਿਵਾਰ ਨੂੰ ਤੰਗ ਕੀਤਾ ਕੀਤਾ ਹੀ ਨਹੀਂ ਮਮਤਾ ਬੈਨਰਜੀ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਘਟਗਿੰਦੀਆਂ ਦੀ ਰਾਖੀ ਕਰਦੀਆਂ ਉਹਦੀ ਸਟੇਟ ਦੇ ਵਿੱਚ ਪੁਲਿਸ ਸਿੱਧੀਆਂ ਗੋਲੀਆਂ ਮਾਰ ਦੇਵੇ ਤੇ ਫੇਰ ਇਹ ਗੈਰਕਾਨੂੰਨੀ ਨਹੀਂ ਹੈ ਇੱਕ RAMਦੇਵ ਬਾਬਾ ਉਹ ਦਿੱਲੀ ਚ ਪ੍ਰੋਟੈਸਟ ਕਰਦਾ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ ਤੇ ਪੁਲਿਸ ਸਿਰਫ ਉਹਦੇ ਤੇ ਹਵਾਈ ਫਾਇਰ ਕਰਦੀ ਹੈ ਤੇ ਪਾਣੀ ਦੇ ਬਿਛਾੜਾ ਕਰਦੀ ਹੈ ਉਹ ਕਹਿੰਦੇ ਤੂੰ ਹਿਮੋਰਾਈਟਸ ਦੀ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਪੁਲਿਸ ਨੂੰ ਝਾੜ ਪੈਂਦੀ ਹੈ ਤੇ ਅੱਗੇ ਤੋਂ ਕੰਮ ਲਈ ਵਾਰਨਿੰਗ ਦਿੰਦੇ ਆ ਆਪਣਾ ਗੁਪਤਾ ਜੀ ਕਹਿ ਰਹੇ ਨੇ ਕਿ ਮੈਂ 31 ਬੰਦੇ ਮਾਰਤੇ ਇਹਦਾ ਮਤਲਬ ਉਹ ਸਿੱਧਾ ਕਹਿ ਰਿਹਾ ਕਿ ਮੈਂ 31 ਨੌਜਵਾਨਾਂ ਦਾ ਕਤਲ ਕੀਤਾ ਹੈ ਕੈਪਟਨ ਬਰਿੰਦਰ ਸਿੰਘ ਕਹਿੰਦਾ ਬੋਰਡ ਲਾਏ ਆ ਬੋਰਡ ਲਾ ਕੇ ਪਤਾ ਕੀ ਗਿਆ ਗਿਆ ਮੈਂ ਜੀ 31 ਗੈਂਗਸਟਰ ਮਾਰਤੇ ਹੁਣ ਕੈਪਟਨ ਬਰਿੰਦਰ ਸਿੰਘ ਕਹਿੰਦਾ ਮੈਂ ਗੈਂਗਸਟਰ ਮਾਰਤੇ ਬੀਤੇ ਕੱਲ੍ਹ ਦੋ ਨਾਮੀ ਗੈਂਗਸਟਰਾਂ ਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਅਤੇ ਪੱਟਮੀ ਬੰਗਾਲ ਦੇ ਪੁਲਿਸ ਨੇ ਜਿਹੜਾ ਹੈਗਾ ਸਾਂਝੇ ਇੱਕ ਆਪਰੇਸ਼ਨ ਦੇ ਦੌਰਾਨ ਮੁਕਾਬਲੇ ਦੇ ਵਿੱਚ ਜਿਹੜਾ ਮਾਰ ਦਿੱਤਾ ਸੀ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੁਝ ਸਵਾਲ ਉਠਾਏ ਜਾ ਰਹੇ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਭੂਮਿਕਾ ਤੇ ਕੀ ਕਹਿਣਾ ਹੈ ਆਪਾਂ ਗੱਲ ਕਰਦੇ ਹਾਂ ਭਾਈ ਡਿਸਕਰਨਸ ਸਿੰਘ ਜੀ ਕਨਸਿੰਘ ਵਾਲਾ ਹੁਣ ਨਾਲ ਇਹਨਾਂ ਨੇ ਜਿਹੜਾ ਹੈਗਾ ਇੱਕ ਇਸ ਗੱਲ ਨੂੰ ਜਿਹੜਾ ਆਵਾਜ਼ ਨੂੰ ਉਠਾਇਆ ਸੀਗਾ ਕਿ ਅਕਸਰ ਨੌਜਵਾਨਾਂ ਨੂੰ ਕਤਲਗਾਰਤ ਕਿਉਂ ਕੀਤੀ ਜਾ ਰਹੀ ਹੈ ਜਦਰ ਸਭ ਕੀ ਕਹਿਣਾ ਤੁਹਾਡਾ ਰਜਾਨਾ ਸਪੋਕਸਮੈਨ ਤੇ ਸਹੋਤਾ ਸਾਹਿਬ ਸਮੁੱਚੀ ਟੀਮ ਜਿਹੜੀ ਪੰਥ ਕੌਮ ਤੇ ਸਦਾ ਹਿਊਮਰਸ ਦੀ ਗੱਲ ਕਰਦੇ ਆ ਤੇ ਝੂਠੇ ਮੁਕਾਬਲਿਆਂ ਵਿਰੁੱਧ ਪਹਿਲਾਂ ਤੋਂ ਪੇਪਰ ਵੀ ਲਿਖਦਾ ਤੇ ਤੁਸੀਂ ਵੀ ਕਰ ਰਹੇ ਹੋ ਤੇ ਸਮੂਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵਾਰ ਇੱਕ ਗੱਲ ਗੱਲਬਾਤ ਕਰ ਰਹੇ ਆ ਕਿ ਕੱਲ ਬਹੁਤ ਮਾੜਾ ਦਿਨ ਸੀ ਇੱਕ ਕਿ ਸਾਡੇ ਦੋ ਨੌਜਵਾਨ ਜੈਪਾਲ ਸਿੰਘ ਪੁੱਲਰ ਤੇ ਜਸਪਾਲ ਸਿੰਘ ਜੱਸੀ ਜੱਸੀ ਖੜੜ ਨੂੰ ਪੰਜਾਬ ਪੁਲਿਸ ਨੇ ਤੇ ਪੱਛਮੀ ਬੰਗਾਲ ਦੀ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਪਹਿਲਾਂ ਤਾਂ ਮੈਂ ਇਹ ਸਮਝਣਾ ਹੈ ਵੀ ਇਹਨੂੰ ਗੈਂਗਸਟਰ ਕਿਉਂ ਕਹਿੰਦੇ ਹੋ 갱스터 ਦਾ ਮਤਲਬ ਕੀ ਹੈ ਇਹ ਮੁੰਡੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਆਪਣੇ ਪਿਤਾ ਦੀ ਡੰਗੋਰੀ ਬਣਨਾ ਸੀ ਜਿਨ੍ਹਾਂ ਨੇ ਆਪਣੇ ਵਿਆਹ ਸ਼ਾਦੀਆਂ ਕਰਾ ਕੇ ਆਪਣੇ ਪਰਿਵਾਰਾਂ ਨੂੰ ਉੱਚੇ ਰਤਬਿਆਂ ਤੇ ਲਿਜਾਣਾ ਸੀ ਜਿਸ ਤਰੀਕੇ ਆਪਾਂ ਸਮਾਜ ਚ ਵਿਚਰਦੇ ਆ ਉਹਨਾਂ ਦੇ ਬੰਨਣਾ ਸੀ ਇਹਨਾਂ ਨੂੰ ਇਸ ਮਕਾਮ ਤੇ ਜਾਣਾ ਕਿਉਂ ਪਿਆ ਪਰ ਮੈਨੂੰ ਇਹ ਦੱਸੋ ਬੀ ਜੈਪਾਲ ਸਿੰਘ ਭੁੱਲਰ ਤੇ ਜੱਸੀ ਖੜਲ ਦੀ ਕਿਸੇ ਨੂੰ ਪ੍ਰੋਬਲਮ ਨੂੰ ਸਮਝਿਆ ਅੱਜ ਤੱਕ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿੰਦੇ ਹੋ ਜਿਹੜੇ ਬੰਦੇ ਘਰਾਂ ਚੋਂ ਬਾਹਰ ਗਏ ਆ ਘਰੋਂ بے ਘਰ ਹੋਏ ਆ ਇਹਨਾਂ ਦਾ ਕਾਰਨ ਕੀ ਸੀਗਾ ਸਰਕਾਰਾਂ ਨੂੰ ਇਹਦੇ ਬਾਰੇ ਗੌਰ ਨਾਲ ਵੇਖਣਾ ਤਾਂ ਚਾਹੀਦਾ ਹੈ ਮੈਨੂੰ ਦੱਸੋ ਇਹਨਾਂ ਨੇ ਕਦੇ ਕੋਈ ਫਿਰੋਜ਼ਪੁਰ ਚ ਖੜਲ ਦੇ ਕੋ ਨਿੱਜੀ ਪਰਿਵਾਰ ਨੂੰ ਤੰਗ ਕੀਤਾ ਕੀਤਾ ਹੀ ਨਹੀਂ ਪੰਜਾਬ ਚ ਕਦੇ ਕਿਸੇ ਹਿੰਦੂ ਨੂੰ ਨਾ ਮੁਸਲਮਾਨ ਨੂੰ ਨਾ ਸਾਈ ਨੂੰ ਕਿਸੇ ਨੂੰ ਤੰਗ ਕੀਤਾ ਨਹੀਂ ਇਹ ਪੁਲਿਸ ਦੇ ਸਤਾਏ ਹੋਏ ਲੋਕ ਘਰਾਂ ਚੋਂ ਬਾਹਰ ਨਿਕਲੇ ਆ ਕਿ ਪੁਲਿਸ ਜ਼ਬਰ ਕਰਦੀ ਸੀ ਇਹਨਾਂ ਨੇ ਆਖਿਆ ਪੁਲਿਸ ਨੂੰ ਹੀ ਕੁੱਟ-ਕੱਟ ਕੇ ਮਾਰਨਾ ਹੈ ਤੇ ਇਦੋਂ ਵੈਸੇ ਹੀ ਅਸੀਂ ਮਰੀ ਚੰਗੇ ਆ ਫੇਰ ਜੇ ਕੋਈ ਇੱਕ ਅੱਧੀ ਲੜਾਈ ਹੋ ਜਾਂਦੀ ਹੈ ਕਿਸੇ ਪਰਿਵਾਰ ਚ ਵੀ ਹੁੰਦੀ ਹੈ ਕਤਲ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਸਰਕਾਰ ਦਾ ਫਰਜ਼ ਹੈ ਕਿ ਉਹਨਾਂ ਨੂੰ ਬਿਠਾਵੇ ਵੀ ਤੁਹਾਡੀ ਪ੍ਰੋਬਲਮ ਕੀ ਹੈ ਉਹਨਾਂ ਨੂੰ ਬਿਠਾਵੇ ਪੁੱਛੇ ਤੇ ਫੇਰ ਗਾ ਅਗਲੀ ਗੱਲ ਸਰਕਾਰਾਂ ਦੇ ਹੁੰਦੀ ਆ ਕਿ ਉਹਨਾਂ ਨੂੰ ਸਹੀ ਰਸਤੇ ਤੇ ਪਾਉਣਾ ਤੇ ਗੋਲੀਆਂ ਮਾਰ ਕੇ ਸਿੱਧੇ ਮਾਰ ਦੇਣਾ ਇਹ ਕਿਹੜੇ ਕਾਨੂੰਨ ਦੀ ਧਾਰਾ ਮੈਨੂੰ ਦੱਸੋ ਭਾਰਤੀ ਕਾਨੂੰਨ ਹੈ ਸੰਵਿਧਾਨ ਦੀ ਧਾਰਾ 14 1921 ਦੇ ਮੁਤਾਬਕ ਆਪਾਂ ਸਾਰੇ ਬਰਾਬਰ ਆ ਮੈਨੂੰ ਦੱਸੋ ਇੰਡੀਅਨ ਕਾਨੂੰਨ ਕਹਿੰਦਾ ਕਿ ਕਿਸੇ ਨੂੰ ਫੜੋ ਤੇ ਗੋਲੀਆਂ ਮਾਰ ਦੇਵੋ ਮੈਨੂੰ ਦੱਸੇ ਸੁਪਰੀਮ ਕੋਰਟ ਮਾਨਯੋਗ ਦੱਸੇ ਇਹ ਕਾਨੂੰਨ ਕਹਿੰਦਾ ਹੈ ਮਾਨਯੋਗ ਹਾਈ ਕੋਰਟ ਦੱਸੇ ਇਹ ਕਾਨੂੰਨ ਕਹਿੰਦਾ ਹੈ ਜੇ ਕਾਨੂੰਨ ਇਹ ਨੌਜਵਾਨਾਂ ਲਈ ਹੈ ਜਿਹੜੇ ਪਟਕੇ ਹੋਏ ਸੀਗੇ ਤੇ ਫਿਰ ਕਾਨੂੰਨ ਜਿਹੜੀ ਪੁਲਿਸ ਆ ਜਿਹੜੀ ਕਹਿੰਦੇ ਕਾਨੂੰਨ ਦੀ ਰਾਖੀ ਹੈ ਜਿਹੜੇ ਜੱਜ ਹੈ ਕਾਨੂੰਨ ਦੀ ਰਾਖੀ ਹੈ ਉਹਨਾਂ ਨੂੰ ਕਾਨੂੰਨ ਉਹਨਾਂ 'ਤੇ ਲਾਗੂ ਨਹੀਂ ਹੈ ਇਸ ਕਰਕੇ ਇਹ ਨੌਜਵਾਨਾਂ ਨੂੰ ਇਹ ਜਿਹੜੀ ਪੁਲਿਸ ਆ ਪੰਜਾਬ ਪੁਲਿਸ ਗਈ ਇਹਨਾਂ ਨੇ ਹਰਿਆਣਾ ਸਟੇਟ ਤੋਂ ਅਪਰੂਵਲ ਲਈ ਸੀ ਇਹਨਾਂ ਨੇ ਦਿੱਲੀ ਦੀ ਸਟੇਟ ਤੋਂ ਅਪਰੂਵਲ ਲਈ ਹੈ ਕਿ ਐਨੇ ਪੁਲਿਸ ਵਾਲੇ ਗਏ ਹਥਿਆਰ ਲੈ ਕੇ ਗਏ ਤੇ ਉਹਦਾ ਕਾਜ ਤਾਂ ਦੱਸਣਾ ਪੈਂਦਾ ਸੀ ਨਾ ਕਿ ਉਹ ਮਾਰਨ ਗਏ ਸੀ ਕਿ ਹਰਿਆਣੇ ਨੂੰ ਪਤਾ ਸੀ ਕਿ ਮਾਰਨ ਚੱਲੇ ਆ ਇਸ ਕਰਕੇ ਫਿਰ ਉਸ ਤੋਂ ਬਾਅਦ ਯੂਪੀ ਦੀ ਪੁਲਿਸ ਦਾ ਪਤਾ ਲਿਆ ਬਿਹਾਰ ਦਾ ਝਾਰਖੰਡ ਦਾ ਨਾਲ ਹੱਦ ਪੱਛਮੀ ਬੰਗਾਲਾ ਪੈਂਦਾ ਉਹ ਗਏ ਉੱਥੇ ਉਹਨਾਂ ਨੇ ਰੈਕੀ ਕੀਤੀ ਰੈਕੀ ਕੀਤੀ ਤੇ ਨੌਜਵਾਨਾਂ ਦੇ ਜਿਨ੍ਹਾਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਤੁਸੀਂ ਸਾਰਿਆਂ ਨੇ ਦੇਖੋ ਕਮਰੇ ਦੇ ਵਿੱਚ ਸੀ ਇੱਕ ਕਮਰੇ ਦੇ ਵਿੱਚ ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਹੈ ਫੇਰ ਮੈਨੂੰ ਦੱਸੋ ਮਮਤਾ ਬੈਨਰਜੀ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਘਟਗਿੰਦੀਆਂ ਦੀ ਰਾਖੀ ਕਰਦੀਆਂ ਉਹਦੀ ਸਟੇਟ ਦੇ ਵਿੱਚ ਪੁਲਿਸ ਸਿੱਧੀਆਂ ਗੋਲੀਆਂ ਮਾਰ ਦੇਵੇ ਤੇ ਫੇਰ ਇਹ ਗੈਰਕਾਨੂੰਨੀ ਨਹੀਂ ਹੈ ਇਹ ਉਹ ਵੀ ਸਰਕਾਰ ਜਿਹੜੀ ਮਮਤਾ ਸਰਕਾਰ ਵੀ ਬੈਨਰਜੀ ਹੈ ਉਹ ਵੀ ਜ਼ਿੰਮੇਵਾਰ ਹੈ ਫੇਰ ਲਗਾਤਾਰ ਇਹ ਜਿਹੜੀਆਂ ਲਾਸ਼ਾਂ ਉੱਥੇ ਪਈਆਂ ਰਹੀਆਂ ਤੇ ਕੀ ਗੱਲ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਤੁਸੀਂ ਦੱਸੋ ਮੰਨ ਲਓ ਜੈਪਾਲ ਪੁਲਿਸ ਨੂੰ ਲੋੜੀਦਾ ਮਨ ਲਓ ਜੱਸੀ ਖੜ ਲੋੜੀ ਦਾ ਉਹਨਾਂ ਨੂੰ ਫੜੋ ਫੜ ਕੇ ਉਹਨੂੰ ਕੋਰਟ ਚ ਪੇਸ਼ ਕਰੋ ਕੋਰਟ ਜੱਜ ਦੇ ਸਾਹਮਣੇ ਪੇਸ਼ ਕਰੋ ਉਹ ਜਿਹੜੇ ਦੋਸ਼ ਆ ਉਹਨਾਂ ਦੇ ਉਹਨਾਂ ਦੇ ਵਿੱਚੋਂ ਨੂੰ 20 ਸਾਲ ਮਿਲਦੀ ਆ ਉਹਨਾਂ ਨੂੰ ਫਾਸੀ ਦੀ ਸਜ਼ਾ ਮਿਲਦੀ ਆ ਕੋਈ ਵੀ ਸਜ਼ਾ ਮਿਲਦੀ ਆ ਕਾਨੂੰਨ ਦੇ ਮੁਤਾਬਕ ਉਹਨੂੰ ਦਿੱਤੀ ਜਾ ਸਕਦੀ ਆ ਇਹ ਕਿਹੜਾ ਹੱਕ ਆ ਕਿ ਗੋਲੀ ਮਾਰ ਕੇ ਪੁਲਿਸ ਮਾਰ ਦੇਵੇ ਇਸ ਕਰਕੇ ਇਹ ਗੈਰ ਕਾਨੂੰਨੀ ਤੇ ਝੂਠਾ ਪੁਲਿਸ ਮੁਕਾਬਲਾ ਹੋਇਆ ਇਸ ਕਰਕੇ ਇਹਦੀ ਜੁਡੀਸ਼ੀਅਲੀ ਜਾਣ ਚੋਣੀ ਚਾਹੀਦੀ ਹੈ ਦੂਜੇ ਪਾਸੇ ਮੈਂ ਕਹਣਾ ਇੱਕ RAMਦੇਵ ਬਾਬਾ ਉਹ ਦਿੱਲੀ ਚ ਪ੍ਰੋਟੈਸਟ ਕਰਦਾ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ ਤੇ ਪੁਲਿਸ ਸਿਰਫ ਉਹਦੇ ਤੇ ਹਵਾਈ ਫਾਇਰ ਕਰਦੀ ਹੈ ਤੇ ਪਾਣੀ ਦੇ ਬਿਛਾੜਾ ਕਰਦੀ ਹੈ ਉਹ ਕਹਿੰਦੇ ਤੂੰ ਹਿਮੋਰਾਈਟਸ ਦੀ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਪੁਲਿਸ ਨੂੰ ਝਾੜ ਪੈਂਦੀ ਹੈ ਤੇ ਅੱਗੇ ਤੋਂ ਕੰਮ ਲਈ ਵਾਰਨਿੰਗ ਦਿੰਦੇ ਆ ਇਸ ਕਰਕੇ ਜੇਕਰ ਇਹ ਨੌਜਵਾਨਾਂ ਦੇ ਉੱਤੇ ਸੀਗਾ ਤੇ ਫਿਰ ਹਾਈ ਕੋਰਟ ਤੇ ਸੁਪਰੀਮ ਕੋਰਟ ਇਸ ਦਾ ਸੂਵੋ ਮੋਟੋ ਐਕਸ਼ਨ ਲਵੇ ਉਹ ਤਲਬ ਕਰੇ ਵੀ ਇਹ ਝੂਠਾ ਪੁਲਿਸ ਮੁਕਾਬਲਾ ਕਿਉਂ ਹੋਇਆ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਇਹ ਕਰੇ ਕਿ ਝੂਠਾ ਪੁਲਿਸ ਮੁਕਾਬਲਾ ਕਿਉਂ ਕਿਹਾ ਦੂਜੇ ਪਾਸੇ ਆਪਣਾ ਗੁਪਤਾ ਜੀ ਕਹਿ ਰਹੇ ਨੇ ਕਿ ਮੈਂ 31 ਬੰਦੇ ਮਾਰਤੇ ਇਹਦਾ ਮਤਲਬ ਉਹ ਸਿੱਧਾ ਕਹਿ ਰਿਹਾ ਕਿ ਮੈਂ 31 ਨੌਜਵਾਨਾਂ ਦਾ ਕਤਲ ਕੀਤਾ ਤੇ ਜੇ ਕਤਲ ਜੇ ਕੀਤਾ ਤੇ ਗੈਰਕਾਨੂੰਨੀ ਕੀਤਾ ਤੇ ਕਾਨੂੰਨ ਤਾਂ ਉਹਨਾਂ ਲਈ ਵੀ ਇੱਕੋ ਜਿਹਾ ਕੈਪਟਨ ਬਲੰਦਰ ਸਿੰਘ ਕਹਿੰਦਾ ਬੋਰਡ ਲਾਏ ਆ ਬੋਰਡ ਲਾ ਕੇ ਪਤਾ ਕੀ ਕੀ ਆ ਗਿਆ ਮੈਂ ਜੀ 31 ਗੈਂਗਸਟਰ ਮਾਰਤੇ ਹੁਣ ਕੈਪਟਨ ਬਰਿੰਦਰ ਸਿੰਘ ਕਹਿੰਦਾ ਮੈਂ ਗੈਂਗਸਟਰ ਮਾਰਤੇ ਦੂਜੇ ਪਾਸੇ ਜਿਨ੍ਹਾਂ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹ 9 ਬੰਦੇ ਤਾਂ ਹੈਗੇ ਸੀ ਜਿਨ੍ਹਾਂ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ 10 ਬੰਦੇ ਸੀ ਜਿਨ੍ਹਾਂ ਨੇ ਬੁਰਜ ਜਵਾਰ ਸਿੰਘ ਵਾਲੇ ਤੋਂ ਦੂਜੇ ਪਾਸੇ ਮਲਕੇ ਦੇ ਵਿੱਚ ਸੀ 5 ਬੰਦੇ ਦੂਜੇ ਪਾਸੇ ਤੀਜੇ ਪਾਸੇ ਭਾਈ ਭਗਤੇ ਸੀ 10 ਬੰਦੇ ਸੀ ਉਹ ਫੜ ਲੈ ਕਿ ਉਹਨਾਂ ਦਾ ਤਾਂ ਮੁਕਾਬਲਾ ਕਦੇ ਕੀਤਾ ਨਹੀਂਗਾ ਬਾਈ ਅਸੀਂ ਕਹਿੰਦੇ ਹਾਂ ਝੂਠੇ ਮੁਕਾਬਲੇ ਨਹੀਂ ਹੁੰਦਾ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹ ਤਾਂ ਸਿੱਧੀ ਫੜੇ ਨਹੀਂ ਗਏ ਅਸੀਂ ਧਰਨੇ ਲਾ ਕੇ ਫੜਾਏ ਆ ਹੁਣ ਇਹ ਨੌਜਾਨਾਂ ਨੂੰ ਸਿੱਧੀਆਂ ਗੋਲੀਆਂ ਮਾਰਤੀਆਂ ਦੂਜੇ ਪਾਸੇ ਤੁਸੀਂ ਵੇਖੋ ਜਿਨ੍ਹਾਂ ਨੇ ਗੋਧਲਾ ਕਾਂਡ ਕੀਤਾ ਹੈ ਅਸਾਈਆਂ ਨੂੰ ਮੁਸਲਮਾਨਾਂ ਦੇ ਉੱਤੇ ਏਡਾ ਵੱਡਾ ਜ਼ਬਰ ਕੀਤਾ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਆਰਐਸਐਸ ਆਣ ਵਾਲਿਆਂ ਨੇ ਉਹਨਾਂ ਦੇ ਰੇਪ ਬਣਾ ਕੇ ਵੀਡੀਓ ਬਣਾਈਆਂ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਝੂਠਾ ਮੁਕਾਬਲਾ ਕਿਉਂ ਨਹੀਂ ਕੀਤਾ ਭਈ ਤੇ ਫਿਰ ਉਹ ਅਮਿਤ ਸ਼ਾਹ ਨੇ ਕਰਾਇਆ ਸੀ ਫਿਰ ਉਹਦਾ ਝੂਠਾ ਮੁਕਾਬਲਾ ਕਿਉਂ ਨਹੀਂ ਕੀਤਾ ਤੇ ਜਿਹੜੇ ਜੱਜ ਨੇ ਉਹ ਮੇਤਿਸ਼ਾ ਨੂੰ ਛੱਡਿਆ ਉਹਨੂੰ ਤਾਂ ਸੁਪਰੀਮ ਕੋਰਟ ਦਾ ਜੱਜ ਬਣਾਤਾ ਦੂਜੇ ਪਾਸੇ ਜਿਨ੍ਹਾਂ ਨੇ ਬੀਜੇਪੀ ਆਰਐਸਐਸ ਨੇ ਕੀ ਕੀਤਾ ਅਸਾਈਆਂ ਨੂੰ ਜ਼ਿੰਦਾ ਜਲਾ ਕੇ ਸਾੜ ਦਿੱਤਾ ਮਿਸਟਰ ਸਟੀਫਨਟੋ ਦੇ ਬੱਚਿਆਂ ਨੂੰ ਤੇ ਉਹਨੂੰ ਪਹਿਲਾਂ 20 ਸਾਲ ਬਾਅਦ ਤਾਂ ਹੁਣ ਛੱਡਤਾ ਫਿਰ ਉਹਨੂੰ ਝੂਠੇ ਪੁਲਿਸ ਮੁਕਾਬਲੇ ਤੇ ਕਿਉਂ ਨਹੀਂ ਮਾਰਿਆ ਇਸ ਕਰਨ ਜੀ ਇੱਕ ਗੱਲ ਹੋਰ ਹੈ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਹੈ ਜਿਹੜੀ ਇਹ ਪੱਥੀ ਵੀ ਬਗਲ ਤੱਕ ਪਹੁੰਚ ਜਾਂਦੀ ਹੈ ਵਿਦੇਸ਼ਾਂ ਚ ਵੀ ਚਲੀ ਜਾਂਦੀ ਹੈ ਜਦੋਂ ਅਜਿਹੇ ਮੁਕਾਬਲੇ ਬਣਾਉਣੇ ਹੋਣ ਜਾਂ ਅੱਗੇ ਨੌਜਵਾਨਾਂ ਨੂੰ ਫੜਨਾ ਹੋਵੇ ਦੂਸਰੇ ਪਾਸੇ ਜਿਹੜੇ ਜਿਵੇਂ ਆਪਾਂ ਬਾਬਲਕਲਾਂ ਗੋਲੀਕਾਂਡ ਲੈ ਲਓ ਕੋਟਗਪੂਰਾ ਗੋਲੀਕਾਂਡ ਲੈ ਲਓ ਗੁਰਗਨ ਸਾਹਿਬ ਦੀ ਬੇਅਦਬੀ ਲੈ ਲਓ ਜਾਂ ਲੋਕਲ ਲੈਵਲ ਤੇ ਜਿਹੜੇ ਹੈਗਾ ਕੁਝ ਅਪਰਾਧ ਹੁੰਦੇ ਆ ਜਿਹੜੇ ਉਹਨਾਂ ਨੂੰ ਹੱਲ ਨਹੀਂ ਕਰ ਪਾਉਂਦੇ ਕੇਸ ਨੂੰ ਕਿਵੇਂ ਦੇਖਦੇ ਵੇਖੋ ਜੀ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੈ ਨਾ ਇੰਡੀਆ ਚ ਕਾਨੂੰਨ ਹੈ ਨਾ ਸਟੇਟਾਂ ਚ ਤੇ ਨਾ ਪੰਜਾਬ ਦੇ ਵਿੱਚ ਕਾਨੂੰਨਾਂ ਦੀ ਕੋਈ ਚੀਜ਼ ਹੈ ਕਾਨੂੰਨ ਖੰਭਲ ਲਾ ਕੇ ਉੱਡ ਗਿਆ ਦੂਜੇ ਪਾਸੇ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਉਹਨਾਂ ਨਾਲ ਸਰਕਾਰ ਰਲਈ ਹੋਈ ਆ ਜਿਹੜੇ ਇੱਥੇ ਸਮਗਲਨ ਕਰਦੇ ਆ ਉਹਨਾਂ ਨਾਲ ਸਰਕਾਰ ਰਲਈ ਹੋਈ ਆ ਤੁਸੀਂ ਇਹ ਸਾਰੀ ਚੋਰ ਕੁੱਤੀ ਰਲਈ ਹੋਈ ਆ ਇਹ ਜਿਹੜਾ ਜਬਰ ਪਿਛਲੇ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ 20ਵੀਂ ਸਦੀ ਦਾ ਮਹਾਨ ਜਰਨੈਲ ਜਿਨ੍ਹਾਂ ਨੇ ਸਿੱਖਾਂ ਦੀ ਗੱਲ ਕੀਤੀ ਪੰਜਾਬੀਆਂ ਦੀ ਗੱਲ ਕੀਤੀ ਪੂਰੀ ਘਟਕਿੰਤਿਆਂ ਦੀ ਗੱਲ ਕੀਤੀ ਫਿਰ ਨੌਜਵਾਨਾਂ ਨੇ ਉਹ ਸੋਚ ਤੇ ਚੜਕੇ ਆਜ਼ਾਦੀ ਦੀ ਲੜਾਈ ਲੜੀ ਤੇ ਸਾਡੇ ਨੌਜਵਾਨਿਆਂ ਨੂੰ ਚਰਾਹਿਆਂ ਤੇ ਪੁਲਾਂ ਤੇ ਝੂਠੇ ਪੁਲਿਸ ਮੁਕਾਬਲੇ ਕਰਕੇ ਸ਼ਹੀਦ ਕਰਤਾ ਜਿਹੜਾ ਹਵਾਲਦਾਰ ਸੀ ਥਾਣੇਦਾਰ ਬਣ ਗਿਆ ਜਿਹੜਾ ਥਾਣੇਦਾਰ ਸੀ ਉਹ ਇਨਸਪੈਕਟਰ ਬਣ ਗਿਆ ਜਿਹੜਾ ਇਨਸਪੈਕਟਰ ਸੀ ਉਹ ਡੀਐਸਪੀ ਬਣ ਗਿਆ ਜਿਹੜਾ ਡੀਐਸਪੀ ਸੀ ਉਹ ਐਸਪੀ ਬਣ ਗਿਆ ਜਿਹੜਾ ਐਸਪੀ ਐਸਐਸਪੀ ਬਣ ਗਿਆ ਜਿਹੜਾ ਐਸਐਸਪੀ ਸੀ ਉਹ ਆਈਜੀ ਤੇ ਡੀਆਈਜੀ ਬਣ ਕੇ ਸਾਡੇ ਨੌਜਵਾਨਾਂ ਦੇ ਖੂਨ ਦੇ ਉੱਤੇ ਫੀਤੀਆਂ ਲਵਾ ਲੀਆਂ ਤੇ ਇਹ ਫੀਤੀਆਂ ਦੇ ਚਾਹ ਦੇ ਵਿੱਚ ਸਾਰਾ ਕੁਝ ਕੀਤਾ ਤੇ ਫੇਰ ਜਥੇਦਾਰ ਕੌਂਕੇ ਨੂੰ ਮੇਰੇ ਸਾਹਮਣੇ ਸਵਰਨ ਸਿੰਘ ਘੋਟਨੇ ਨੇ ਕਮਲਜੀਤ ਨੇ ਤੇ ਸੋਢੀ ਨੇ ਇਹ ਦੋ ਡੀਐਸਪੀ ਸੇ ਕ ਐਸਐਸਪੀ ਸੇ ਖੋਲੀਆਂ ਗੋਲੀਆਂ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਮੈਨੂੰ ਵੀ ਮਾਰ ਦੇਣਾ ਸੀ ਉਹਦਾ ਕੇਸ ਜਿਹੜਾ ਬੀਪੀ ਤਵਾੜੀ ਸੀ ਉਹਨੇ ਕਹਿਤਾ ਕਿ ਇਹ ਕਤਲ ਕੀਤਾ ਤੇ ਇਹਨਾਂ ਨੇ ਕੀਤਾ ਤੇ ਅਸੀਂ ਹਾਈ ਕੋਰਟ ਕੋਲੇ ਕੇਸ ਲੈ ਕੇ ਮਾਨ ਸਾਹਿਬ ਸੁਪਰੀਮ ਕੋਰਟ ਕੋਲੇ ਕੇਸ ਲੈ ਕੇ ਸੁਪਰੀਮ ਕੋਰਟ ਨੇ ਕੋਈ ਉੱਤਾ ਹੀ ਨਹੀਂ ਆਇਆ ਕਹਿੰਦਾ ਕੇਸ ਪੁਰਾਣਾ ਹੋ ਗਿਆ ਇਸ ਕਰਕੇ ਕੀ ਜਿਨ੍ਹਾਂ ਨੇ ਉਹ ਸਿੱਧੀਆਂ ਗੋਲੀਆਂ ਮਾਰ ਕੇ ਜਥੇਦਾਰ ਕੌਂਕੇ ਨੂੰ ਸਾਡੇ ਤਖਤ ਦੇ ਜਥੇਦਾਰ ਨੂੰ ਕੱਲ ਤੱਕ ਦਿਹ ਸ਼ਹੀਦ ਕੀਤਾ ਹੈ ਕੀ ਗੱਲ ਅਸੀਂ ਤਾਂ ਕਹਿੰਦੇ ਨਹੀਂ ਕਿ ਬੰਦਾ ਕੋਈ ਝੂਠੇ ਪੁਲਿਸ ਮੁਕਾਬਲੇ ਚ ਮਰਨਾ ਚਾਹੀਦਾ ਤੇ ਉਹਨਾਂ ਨੇ ਵਿਹਾਰ ਕੀਤਾ ਹਜੇ ਤੱਕ ਕੇਸ ਦੀ ਸੁਣਵਾਈ ਨਹੀਂ ਇਸ ਕਰਕੇ ਇਹ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਇਸ ਦੀ ਸੁਪਰੀਮ ਕੋਰਟ ਤੇ ਹਾਈ ਕੋਰਟ ਇਹਨੂੰ ਸੂਅ ਮੋਟਾ ਲੈਣਾ ਚਾਹੀਦਾ ਤੇ ਮੰਮਤਾ ਬੈਨਰਜੀ ਜਿਹੜੀ ਸਰਕਾਰ ਹੈ ਇਹਦੀ ਜੁਡੀਸ਼ੀਅਲ ਜਾਂਚ ਕਰੇ ਤੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਚ ਬਰਾਬਰ ਦਾ ਕੰਮ ਕੀਤਾ ਉਹਨਾਂ ਦੇ ਉੱਤੇ ਵੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਲਹਿ ਤੁਰੀ ਹੈ ਪੰਜਾਬ ਦੇ ਵਿੱਚ ਹੁਣ ਤਾਂ ਇਹਨਾਂ ਨੂੰ ਗੈਂਗਸਟਰ ਕਹਿ ਕੇ ਮਾਰਤਾ ਫਿਰ ਸਾਡੇ ਨੌਜਵਾਨ ਆਜ਼ਾਦੀ ਦੀ ਗੱਲ ਕਹਿਣਗੇ ਫਿਰ ਉਹਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਮਾਰਨਗੇ ਇਸ ਕਰਕੇ ਇਹਨਾਂ ਮੁਕਾਬਲਿਆਂ ਦਾ ਅਸੀਂ ਵਿਰੋਧ ਕਰਦੇ ਰਵਾਂਗੇ ਤੇ ਇਹਨਾਂ ਦੇ ਵਿਰੁੱਧ ਤੁਰੰਤ ਪੂਰੇ মিডিਏ ਨੂੰ ਪੂਰੇ ਵਰਲਡ ਨੂੰ ਅਮਨੇਸਟੀ ਇੰਟਰਨੈਸ਼ਨਲ ਨੂੰ ਤੇ ਏਸ਼ੀਆ ਵਾਚ ਨੂੰ ਪੁਖੀ ਪੂਰੀਆਂ ਮਨੁੱਖੀ ਅਧਿਕਾਰਾਂ ਸੰਗਠਨਾਂ ਨੂੰ ਆਵਾਜ਼ ਅ ਠੋਣੀ ਚਾਹੀਦੀ ਆ ਕਿ ਗੋਲੀ ਮਾਰਨਾ ਇੱਕ ਕਾਨੂੰਨ ਨਹੀਂ ਹੈ ਭਾਈ ਸਾਹਿਬ ਇੱਕ ਗੱਲ ਹੋਰ ਜਿਹੜੇ ਹੈਗੇ ਪੰਜਾਬ ਦੇ ਕਈ ਨੌਜਵਾਨ ਨੇ ਜਿਹੜੇ ਇਸ ਰਸਤੇ ਪਏ ਹੋਏ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਜਿਹੜੀ ਹੈਗੀ ਆ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਗੈਂਗਸਟਰ ਕਹਿ ਕੇ ਬੁਲਾਉਂਦੀ ਆ ਪਿਛਲੇ ਦਿਨਾਂ ਦੇ ਵਿੱਚ ਕੋਈ ਮਤਲਬ ਪਿਛਲੇ ਕੁ ਸਮੇਂ ਦੇ ਵਿੱਚ ਜਦੋਂ ਦੀ ਪੰਜਾਬ ਦੇ ਚੰਨਵੀ ਸਰਕਾਰੀ ਉਦੋਂ ਤੋਂ ਕਈ ਨੌਜਵਾਨਾਂ ਦੇ ਮੁਕਾਬਲੇ ਹੋਏ ਪੰਜਾਬ ਸਰਕਾਰ ਜਾਂ ਡੀਜੀਪੀ ਖੁਦ ਮੰਨਦਾ ਕਿ 31 ਨੌਜਵਾਨ ਜਿਹੜੇ ਹੈਗੇ ਆ ਗੈਂਗਸਟਰ ਉਹ ਅਸੀਂ ਮਾਰੇ ਆ ਕੁਝ ਨੌਜਵਾਨ ਹਲੇ ਵੀ ਜਿਹੜੇ ਹੈਗੇ ਆ ਉਹ ਇਦਰ ਉਦਰ ਲੁਕਦੇ ਫਿਰਦੇ ਨੇ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋਣੀਂਦੇ ਨੇ ਹਾਲਾਂਕਿ ਜੇਕਰ ਉਹਨਾਂ ਨੇ ਅਪਰਾਧ ਕੀਤਾ ਤਾਂ ਉਹਨਾਂ ਨੇ ਵੀ ਉਹ ਸਹੀ ਨਹੀਂ ਕੀਤਾ ਪਰ ਕੀ ਲੱਗਦਾ ਕਿ ਉਹਨਾਂ ਨੂੰ ਮੁਕਤਾਰਾ ਵਿੱਚ ਨਹੀਂ ਲਿਆ ਜਾ ਸਕਦਾ ਅਸੀਂ ਕੀ ਕਹਨੇ ਆ ਅਸੀਂ ਤਾਂ ਕਹਨੇ ਆ ਅਪਰਾਧ ਤਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਹੁਣ ਫਰਜ ਕਰੋ ਨੌਜਵਾਨਾਂ ਨੂੰ ਤਾਂ ਤੁਸੀਂ ਕਹਿੰਨੇ ਆ ਵੀ ਉਹ ਅਪਰਾਧ ਕਰਦੇ ਆ ਤੇ ਪੁਲਿਸ ਨੇ ਡੀਜੀਪੀ ਆਪ ਮੰਨ ਲੈ 31 ਬੰਦਿਆਂ ਨੂੰ ਬਿਨਾ ਕਾਨੂੰਨ ਪ੍ਰਕਿਰਿਆਤਲ ਗੋਲੀਆਂ ਮਾਰ ਦੇਣੀਆਂ ਇਹ ਪੁਲਿਸ ਨੇ ਅਪਰਾਧ ਨਹੀਂ ਕੀਤਾ ਮੁੱਖ ਮੰਤਰੀ ਨੇ ਬੋਰਡ ਲਾ ਦੇਣਾ ਕਿ ਅਸੀਂ 31 ਬੰਦੇ ਮਾਰੇ ਆ ਉਨੇ ਹਿਊਮਰਾਈਟਸ ਦੀ ਵਾਇਲਸ਼ ਨਹੀਂ ਕੀਤੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਸਾਡਾ ਕਸ਼ਮੀਰਾ ਸਿੰਘ ਪੰਡੋਰੀ ਰੁਕਮਾਨ ਸਾਡਾ ਸਖਤਰ ਸੀ ਉਹ ਉੱਥੋਂ ਹੁਸ਼ਿਆਰਪੁਰ ਦਾ ਚੱਕਿਆ ਤੇ ਤਰਨ ਤਰਨ ਆ ਕੇ ਲਿਆ ਕੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਇਹ ਸਾਰੇ ਰਲ ਮਿਲ ਕੇ ਇਹ ਇੱਕੋ ਥੈਲੀ ਦੇ ਚੱਟੇ ਵੱਟੇ ਆ ਕਾਨੂੰਨ ਸਾਰਿਆਂ ਲਈ ਹੈ ਇਹ ਨੌਜਵਾਨਾਂ ਮੈਂ ਇਹਨਾਂ ਨੌਜਵਾਨਾਂ ਨੂੰ ਗੈਂਗਸਟਰ ਨਹੀਂ ਮੰਨਦਾ ਇਹ ਪੁਲਿਸ ਦੇ ਸਤਾਏ ਹੋਏ ਇਹ ਜਿਹੜੇ ਨੌਜਵਾਨ ਆਪਣੇ ਘਰਾਂ ਚੋਂ ਬਾਹਰ ਹੋਏ ਆ ਤੇ ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਟੇਬਲ ਤੇ ਟੇਬਲ ਤੇ ਬੈਠਣਾ ਚਾਹੀਦਾ ਵੀ ਤੁਹਾਡੀ ਕੀ ਪ੍ਰਕਿਰਿਆ ਤੁਸੀਂ ਕਰੋ ਕਿਉਂ ਭੱਜਿਓ ਕਿ ਤੁਹਾਡਾ ਕਾਰਨ ਕੀ ਆ ਸਾਰੇ ਨੌਜਵਾਨ ਖਾਂਦੇ ਪਿੰਦੇ ਘਰਾਂ ਦੇ ਐ ਜ਼ਮੀਨ ਜੱਦਾ ਦਾ ਤੇ ਮਾਲਕ ਐ ਭਪਿੰਦਰ ਸਿੰਘ ਜੈਪਾਲ ਦਾ ਪਿਤਾ ਦਾ ਭਪਿੰਦਰ ਸਿੰਘ ਐ ਉਹ ਸਾਬਰ ਸਪੈਕਟਾ ਪੁਲਿਸ ਦੇ ਵਿੱਚ ਤੇ ਫਿਰ ਦੱਸੋ ਉਹ ਤਾਂ ਪੁਲਿਸ ਦੇ ਵਿੱਚ ਐ ਉਹ ਤਾਂ ਕਾਨੂੰਨ ਦਾ ਬੰਦਾ ਐ ਉਹਦਾ ਵੀ ਪੁੱਤ ਤੁਸੀਂ ਮਾਰ ਦਿੱਤਾ ਤੇ ਫਿਰ ਇਹ ਇਹ ਕਿਹੜਾ ਕਿਹੜਾ ਕਾਨੂੰਨ ਐ ਇਸ ਕਰਕੇ ਕਾਨੂੰਨ ਸਾਰਿਆਂ ਲਈ ਇੱਕ ਐ ਤੇ ਇਸ ਕਰਕੇ ਜੁਡੀਸ਼ਲੀ ਜਾਂਚ ਕਰਕੇ ਇਹਨਾਂ ਸਾਰਿਆਂ ਤੇ ਜਿਨ੍ਹਾਂ ਨੇ ਸਿੱਧੀ ਗੋਲੀਆਂ ਚ ਮਾਰੇ 302 ਦਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਤਾਂ ਇਹ ਪੰਜਾਬ ਦੇ ਵਿੱਚ ਸ਼ਾਂਤੀ ਆਊਗੀ ਨਹੀਂ ਤਾਂ ਇਹ ਪੰਜਾਬ ਦਾ ਸ਼ਾਂਤ ਮਾਹੌਲ ਅੱਜ ਪੁਲਿਸ ਸਾਡੇ 9 ਜਾਨਾਂ ਨੂੰ ਮਾਰ ਮਾਰ ਕੇ ਗੈਂਗਸਟਰ ਕਹਿ ਕੇ ਜਿਹੜੇ ਪੁਲਿਸ ਦੇ ਸਹਾਇਕ ਰਾਂ ਨੂੰ ਭੱਜਿਆ ਉਹਨਾਂ ਤੇ ਤੁਰੰਤ ਠੱਲ ਪੈਣੀ ਚਾਹੀਦੀ ਹੈ ਤੇ ਸਾਰੇ ਪੰਜਾਬ ਨੂੰ ਇਸ ਵਿਰੁੱਧ ਇਕੱਠਾ ਹੋ ਜਾਣਾ ਚਾਹੀਦਾ ਹੁਣ ਤੁਸੀਂ ਦੇਖੋ ਇਹ ਤਾਂ 9 ਜਾਨ ਕਹਿੰਦੇ ਗੈਂਗਸਟਰ ਬਣ ਗਏ ਹੁਣ ਜਿਹੜੇ ਕਿਸਾਨ ਹੈ ਉਹ ਜਿਹੜੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਬੈਠੇ ਬਾਡਰਾਂ ਤੇ 6 ਮਹੀਨੇ ਤੋਂ ਵੱਧ ਆ ਗਿਆ 400 ਵੱਧ ਜਾਨਾਂ ਚਲੀਆਂ ਗਈਆਂ ਕੀ ਇਹ ਜਿਹੜੇ 9 ਸਾਡੇ ਬੰਦੇ 400 ਮਾਰੇ ਗਏ ਐ ਮੋਦੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਉਹਦੇ ਤੇ 300 ਤੇ 6 ਦਾ ਨਹੀਂ ਪਰਚਾ ਹੋਣਾ ਜੇ ਮੋਦੀ ਸਰਕਾਰ ਨਾਮ ਨਹੀਂ ਤੇ ਜੇ ਸਾਡੇ ਨੌਜਵਾਨ ਉੱਥੋਂ ਉੱਠ ਖੜੇ ਭੜਕ ਖੜੇ ਆਪਣੇ ਹੱਕਾਂ ਲਈ ਕੀਤਾ ਤੇ ਫਿਰ ਇਹਨਾਂ ਨੂੰ ਕਹਿਣਗੇ ਕਿ ਅੱਤਵਾਦੀ ਐ ਤੇ ਵੱਖਵਾਦੀ ਐ ਤੇ ਫਿਰ ਇਹਨਾਂ ਨੂੰ ਗੈਂਗਸਟਰ ਕਹਿਣਗੇ ਕਿਸਾਨਾਂ ਨੂੰ ਹੈ ਜਦੋਂ ਤੁਸੀਂ ਸਾਡੀ ਗੱਲ ਹੀ ਨਹੀਂ ਮੰਨਣੀ ਜਦੋਂ ਤੁਸੀਂ 6-6 ਮਹੀਨੇ ਤੋਂ ਉੱਥੇ ਬਿਠਾਇਆ ਆ ਉਹ ਸੁੱਕ ਰਹੇ ਆ ਸਾਡੀਆਂ ਮਾਵਾਂ ਧੀਆਂ ਪੈਣਾ ਸੜਕਾਂ ਤੇ ਬੈਟੀਆਂ ਜੇ ਅੱਜ ਸੈਂਟਰ ਸਰਕਾਰ ਨਹੀਂ ਉੱਠਦੀ ਜੇ ਉਹ ਕੱਲ ਨੂੰ ਉੱਠ ਖੜੇ ਤੇ ਫਿਰ ਉਹਨੇ ਹੱਕ ਮੰਗ ਲਏ ਤੇ ਇੱਥੇ ਨਹਿਰਾਂ ਨੂੰ ਪੈ ਗਏ ਤੇ ਜੇ ਕਿਤੇ ਉਹ ਇੱਥੇ ਦਾਣਾ ਮੰਡੀਆਂ ਨੂੰ ਪੈ ਗਏ ਤੁਹਾਡਾ ਸਾਰਾ ਕੁਝ ਕੀਤਾ ਤੁਹਾਡਾ ਸਿੱਧਾ ਇਸ਼ਾਰਾ ਹੈ ਕਿ ਤਖਤਾ ਪਲਟਵਲ ਵੀ ਹੋ ਸਕਦਾ ਸ਼ੁਰੂ ਹੋ ਸਕਦਾ ਇਹ ਤਖਤਾ ਪਲਟੂ ਕੇ ਪਲਟੂ ਆ ਜੀ ਇਹ ਉਹਨਾਂ ਚ ਨਹੀਂ ਹੁੰਦਾ ਇਹ ਝੂਠੇ ਪੁਲਿਸ ਮੁਕਾਬਲੇ ਉਹਨਾਂ ਚ ਨਹੀਂ ਰੁਕਣੇ ਜਿੰਨਾ ਚਿਰ ਤਬਦੀਲੀ ਨਹੀਂ ਆਉਂਦੀ ਇਹ ਸਾਰਾ ਕੁਝ ਹਿੰਦੂ ਰਾਸ਼ਟਰ ਕਰ ਰਿਹਾ ਹੈ ਇਹ ਕਦੇ ਮੁਸਲਮਾਨਾਂ ਨੂੰ ਮਾਰ ਦਿੰਦਾ ਹੈ ਕਦੇ ਅਸਾਈਆਂ ਨੂੰ ਮਾਰ ਦਿੰਦਾ ਹੈ ਕਦੇ ਘੱਟ ਗੈਂਤੀਆਂ ਨੂੰ ਮਾਰ ਦਿੰਦਾ ਹੈ ਕਦੇ ਰਵਦਾਸ ਮਹਾਰਾਜ ਦਾ ਘਰ ਦਾ ਘਰਟਾ ਦਿੰਦੇ ਆ ਤੇ ਕਦੇ ਅਸਾਈਆਂ ਨੂੰ ਜਿੰਦਾ ਜਲਾ ਕੇ ਸਾੜ ਦਿੰਦੇ ਆ ਕਦੇ 60 ਹਜ਼ਾਰ ਕਿਸਾਨਾਂ ਦਾ ਅਜਾੜਾ ਕਰ ਸਕਦਾ ਇਹ ਝੂਠੇ ਮੁਕਾਬਲੇ ਕਿਦੋਂ ਰੁਕਣੇ ਆ ਜਦੋਂ ਭਾਈ ਤੁਹਾਡਾ ਆਪਣਾ ਰਾਜ ਆ ਗਿਆ ਫੇਰ ਝੂਠੇ ਮੁਕਾਬਲੇ ਰੁਕਣਗੇ ਇਹ ਉਦੋਂ ਰੁਕਣੇ ਆ ਜਦੋਂ ਤੁਸੀਂ ਆਪਣਾ ਰਾਜ ਖਾਲਸਤਾਨ ਬਣਾ ਲਿਆ ਉਦੋਂ ਝੂਠੇ ਮੁਕਾਬਲੇ ਉੱਠਲ ਪੈ ਜੂਗੀ ਤੁਸੀਂ ਸੁਣਿਆ ਕਿ ਦਿਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਹੋ ਰਿਹਾ ਨੇ ਜਿੱਥੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਜਿਹੜੇ ਹੈਗਾ ਵੱਡੇ ਸਵਾਲ ਉਠਾਏ ਆ ਉੱਥੇ ਹੀ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਨਾਲ ਨਾਲ ਪੰਜਾਬ ਦੇ ਬਸ਼ੰਦਾ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਨੌਜਵਾਨ ਆਪਣੀ ਕਿਸੇ ਵਜ੍ਹਾ ਕਰਕੇ ਚਾਹੀ ਉਹ ਜੋ ਵੀ ਹੋਵੇ ਉਸ ਵਜ੍ਹਾ ਕਰਕੇ ਜੇਕਰ ਉਹ ਮੁੱਖ ਧਾਰਾ ਦੇ ਵਿੱਚੋਂ ਭਟਕ ਚੁੱਕੇ ਨੇ ਤਾਂ ਉਹਨਾਂ ਨੂੰ ਮੋੜ ਕੇ ਵਾਪਸ ਉਹਨਾਂ ਦੇ ਮੁਢਬਸੇਬੇ ਦੇ ਲਈ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਯਤਨ ਕਰਨੇ ਚਾਹੀਦੇ ਆ ਨਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਸੁਜਿੰਦਰ ਸੋਤਾ ਸਪੋਕਸਮੈਨ ਟੀਵੀ ਫਰੀਦਕੋਟ